ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਸਿੰਘ ਡਾਲਾ ਔਰ ਤੁਸੀਂ ਕੋਰੀਡੋਰ ਨਿਊਜ਼ ਦੇਖ ਰਹੇ ਹੋ। ਤੁਹਾਡੇ ਨਾਲ ਰੋਜ਼ ਨਵੇਂ ਤੋਂ ਨਵੇਂ ਚਿਹਰਿਆਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ। ਅੱਜ ਜਿਹੜੀ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਉਹ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ, ਜਿਹੜੇ ਪਿਛਲੇ ਸਮਿਆਂ ਦੇ ਵਿੱਚ ਤੁਹਾਡੇ ਹਲਕੇ ਤੋਂ ਵਿਧਾਇਕ ਦੀਆਂ ਸੇਵਾਵਾਂ ਨਿਭਾ ਚੁੱਕੇ ਨੇ ਔਰ ਇਸ ਵਾਰ ਇਹਨਾਂ ਦੇ ਉੱਤੇ ਅਕਾਲੀ ਦਲ ਨੇ ਫਿਰ ਆਪਣਾ ਵਿਸ਼ਵਾਸ ਜਿਤਾਇਆ। ਤੁਹਾਨੂੰ ਅਸੀਂ ਦੱਸਣਾ ਮੁਨਾਸਿਬ ਸਮਝਦੇ ਹਾਂ ਕਿ ਬੱਬੇਹਾਲੀ ਸਾਹਿਬ ਬਹੁਤ ਘੱਟ ਇੰਟਰਵਿਊ ਕਰਦੇ ਨੇ, ਨਾ ਮਾਤਰ ਇੰਟਰਵਿਊ ਕਰਦੇ ਨੇ, ਪਰ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਓਨੇ ਹੀ ਉਤਸੁਕ ਸਨ ਜਿੰਨੇ ਤੁਸੀਂ ਇਹਨਾਂ ਦੇ ਜਵਾਬ ਸੁਣ ਲਈਓ। ਗੱਲਬਾਤ ਕਰਾਂਗੇ ਇਹਨਾਂ ਨਾਲ ਔਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ, ਜਿਹੜੀਆਂ ਇਹਨਾਂ ਦੇ ਪ੍ਰਤੀ ਸਟੇਜਾਂ ਦੇ ਉੱਤੋਂ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ, ਉਹਨਾਂ ਦੇ ਜਵਾਬ ਤੁਹਾਨੂੰ ਇਹਨਾਂ ਕੋਲੋਂ ਲੈ ਕੇ ਦਈਏ। ਸਰਦਾਰ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਵੈਲਕਮ ਕਰਦੇ ਹਾਂ ਜੀ ਕੋਰੀਡੋਰ ਨਿਊਜ਼ ਤੇ। ਕਿੱਦਾਂ ਦੇਖਦੇ ਹੋ, ਇੱਕ ਤਾਂ ਇਸ ਵਾਰ ਜਿਹੜਾ ਆ ਬੜਾ ਪੇਚੀਦਾ ਮੁਕਾਬਲਾ ਹੋ ਰਿਹਾ, ਕਿਸਾਨਾਂ ਨੇ ਵੀ ਆਪਣੇ ਜਿਹੜੇ ਨੇ ਉਹ ਉਮੀਦਵਾਰ ਧਾਰੇ ਨੇ, ਕਿਤੇ ਨਾ ਕਿਤੇ ਅਕਾਲੀ ਦਲ ਔਰ ਬਸਪਾ ਜਿਹੜੀ ਆ ਉਹ ਸਾਂਝੇ ਤੌਰ 'ਤੇ ਇਲੈਕਸ਼ਨ ਲੜ ਰਹੀ ਆ, ਪਰ ਇਸ ਵਾਰ ਤੁਹਾਡਾ ਸਾਥ ਜਿਹੜਾ ਆ ਉਹ ਬੀਜੇਪੀ ਨਹੀਂ ਦੇ ਰਹੀ, ਉਹਨਾਂ ਨੇ ਆਪਣਾ ਵੀ ਕੈਂਡੀਡੇਟ ਦਿੱਤਾ। ਤੁਹਾਡੇ ਸਾਹਮਣੇ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਨੇ, ਜਿਹੜੇ ਮੌਜੂਦਾ ਵਿਧਾਇਕ ਨੇ, ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਇੱਕ ਪੂਰੇ ਜ਼ਿਲ੍ਹੇ ਨੂੰ ਕਮਾਂਡ ਕਰ ਰਹੇ ਹੋ, ਪੂਰੇ ਜ਼ਿਲ੍ਹੇ ਦਾ ਵੀ ਜਿਹੜਾ ਆ ਭਾਰ ਤੁਹਾਡੇ ਮੋਢਿਆਂ 'ਤੇ ਹੈ, ਇਸ ਵਾਰੀ ਇਸ ਇਲੈਕਸ਼ਨ ਨੂੰ ਕਿੱਦਾਂ ਦੇਖਦੇ ਹੋ? ਵੇਖੋ, ਜਿੱਥੋਂ ਤੱਕ ਤਾਂ ਕੈਂਡੀਡੇਟਾਂ ਦਾ ਸਵਾਲ ਆ, ਅਤੇ ਜਿੰਨੇ ਆ ਪਾਰਟੀਆਂ ਦੇ ਕੈਂਡੀਡੇਟ ਵੱਧ ਆਏ ਨੇ, ਉਹਦਾ ਸਾਰੇ ਪੰਜਾਬ 'ਚ ਵੀ ਅਤੇ ਸਾਡੇ ਜ਼ਿਲ੍ਹੇ 'ਚ ਅਤੇ ਸਾਡੇ ਹਲਕੇ 'ਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਹੋ ਰਿਹਾ, ਕਿਉਂਕਿ ਜਿਹੜੀ ਅਕਾਲੀ ਦਲ ਦੀ ਵੋਟ ਆ ਕੈਡਰ ਵੋਟ ਪੱਕੀ ਆ, ਅਤੇ ਬਹੁਜਨ ਸਮਾਜ ਪਾਰਟੀ ਦੀ ਵੋਟ ਜਿਹੜੀ ਉਹ ਪੱਕੀ ਆ, ਉਹਨਾਂ ਦੀਆਂ ਵੋਟਾਂ ਜਿਹੜੀਆਂ ਵੰਡੀਆਂ ਜਾਣੀਆਂ ਨੇ, ਅਤੇ ਸਾਡੀਆਂ ਵੋਟਾਂ ਜਿਹੜੀਆਂ ਨੇ ਉਹ ਇੱਕ ਥਾਂ ਖਲੋਟੀਆਂ ਨੇ। ਪਿਛਲੀ ਵਾਰ ਜਿਹੜੀ ਗੱਲ ਹੋਈ ਆ, ਜੇ ਕੈਪਟਨ ਸਾਹਿਬ ਸਹੁੰ ਨਾ ਖਾਂਦੇ, ਗੁਟਕਾ ਸਾਹਿਬ ਹੱਥ 'ਚ ਫੜ ਕੇ ਤਲਵੰਡੀ ਸਾਹਿਬੋ, ਤਾਂ ਸਰਕਾਰ ਉਦੋਂ ਵੀ ਸਾਡੀ ਬਣਨੀ। ਪੰਜਾਬ ਜਿਹੜਾ ਆ ਇਹ ਪੰਜਾਬੀ ਜਿਹੜੇ ਨੇ ਇਹ ਹਰ ਧਰਮ ਨੂੰ ਬੜਾ ਮੰਨਦੇ, ਅਤੇ ਜਦੋਂ ਕੋਈ ਚੰਗਾ ਭਲਾ ਸਟੇਟਸ ਵਾਲਾ ਬੰਦਾ ਸਹੁੰ ਖਾ ਲੈਂਦਾ ਤਾਂ ਨੱਚਲੀ ਲੋਕ ਮੰਨ ਜਾਂਦੇ ਨੇ ਵੀ ਇਹ ਸਾਰੇ ਕੰਮ ਕਰਨਗੇ। ਇਹ ਕੋਈ ਛੋਟੀਆਂ ਗੱਲਾਂ ਨਹੀਂ ਵੀ ਗੁਰਦੁਆਰਾ ਸਾਹਿਬ ਵੱਲ ਨੂੰ ਗੁਟਕਾ ਸਾਹਿਬ ਫੜ ਕੇ ਸਹੁੰ ਖਾਣੀ। ਮੈਂ ਕਰਜ਼ੇ ਮਾਫ਼ ਕਰ ਦਿਆਂਗਾ, ਮੈਂ ਹਰ ਘਰ 'ਚ ਇੱਕ ਨੌਕਰੀ ਦਿਆਂਗਾ, 2,500 ਬੇਰੁਜ਼ਗਾਰੀ ਭੱਤਾ ਦਿਆਂਗਾ, ਬੱਚਿਆਂ ਨੂੰ ਮੋਬਾਈਲ ਵੰਡੇ ਜਾਣਗੇ, 51,000 ਸਗਨ ਸਕੀਮ ਦੇ ਦਿਆਂਗੇ, 2,500 ਬਜ਼ੁਰਗਾਂ ਦੀ ਪੈਨਸ਼ਨ ਕਰ ਦਿਆਂਗੇ। ਇਹ ਸਾਰਾ ਰਲ ਮਿਲ ਕੇ ਗੱਲ ਜਿਹੜੀ ਸੀ, ਲੋਕ ਗੁੰਮਰਾਹ ਹੋਏ, ਪੰਜਾਬ 'ਚ ਵੀ ਹੋਏ ਅਤੇ ਸਾਡੇ ਹਲਕੇ 'ਚ ਵੀ ਹੋਏ। ਹੁਣ ਕਾਂਗਰਸ ਵਾਲਿਆਂ ਕੋਲ ਲੋਕਾਂ 'ਚ ਜਾ ਕੇ ਕਹਿਣ ਨੂੰ ਕੋਈ ਗੱਲ ਨਹੀਂ ਵੀ ਅਸੀਂ ਆਹ ਕੰਮ ਕੀਤੇ ਨੇ, ਅਤੇ ਜਿਹੜਾ ਹੁਣ ਝੂਠ ਬੋਲਣਗੇ ਪਿੱਛੇ ਝੂਠ ਨੰਗਾ ਹੋ ਗਿਆ, ਲੋਕਾਂ ਉੱਤੇ ਤਾਂ ਬਾਤ ਨਹੀਂ ਕਰਨਾ। ਸੋ ਇਸ ਕਰਕੇ ਅੱਜ ਕੋਈ ਚੁਣੌਤੀ ਨਹੀਂ। ਦੂਸਰੇ ਕੈਂਡੀਡੇਟ ਨੇ ਰਮਨ ਬੈਲ, ਦਮਨ ਬੈਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ, ਅਤੇ ਕੇਜਰੀਵਾਲ ਸਾਹਿਬ ਜਿਹੜੀਆਂ ਇੱਥੇ ਗੱਲਾਂ ਕਰਦੇ ਨੇ, ਜਿਹੜੇ ਜਿੱਥੇ ਸਰਕਾਰ ਆ ਉੱਥੇ ਜਦੋਂ ਉਹ ਗੱਲਾਂ ਨਹੀਂ ਲਾਗੂ ਹੋਈਆਂ ਤਾਂ ਉਹ ਵੀ ਲੋਕ ਮੰਨਦੇ ਨੇ ਕਿ ਇਹ ਕਾਂਗਰਸ ਦੀ ਬੀ ਟੀਮ ਆ। ਪਹਿਲੀ ਵਾਰੀ ਮੁੱਖ ਮੰਤਰੀ ਬਣੇ ਕੇਜਰੀਵਾਲ ਸਾਹਿਬ ਅਤੇ ਕਾਂਗਰਸ ਦੀ ਮਤਨਾ ਬਣੇ, ਹੁਣ ਉਹਨਾਂ ਦੀ ਤਰਜ਼ੀ ਦੇ ਉੱਤੇ ਝੂਠੇ ਫਾਰਮ ਭਰਨ ਰਹੇ ਨੇ, ਅਤੇ ਲੋਕ ਜਵਾਬ ਮੰਗਦੇ ਨੇ ਵੀ ਜਿਹੜੀਆਂ ਚੀਜ਼ਾਂ ਤੁਸੀਂ ਦਿੱਲੀ 'ਚ ਲਾਗੂ ਨਹੀਂ ਕੀਤੀਆਂ ਪਿਛਲੇ 5-4 ਸਾਲ ਤੋਂ, ਤਾਂ ਪੰਜਾਬ 'ਚ ਤੁਸੀਂ ਕਿੱਦਾਂ ਕਰੋਗੇ? ਇਸ ਤਰ੍ਹਾਂ ਹੀ ਕੱਲ੍ਹ ਦੀ ਚੋਣ ਜਿਹੜੀ ਆ ਉਹ ਚੋਣ ਦੇ ਵਿੱਚ ਬੀਜੇਪੀ ਦੇ ਕੈਂਡੀਡੇਟ ਗਿੱਲ ਸਾਹਿਬ ਆਏ ਨੇ, ਅਤੇ ਗਿੱਲ ਸਾਹਿਬ ਜਿਹੜੇ ਨੇ ਉਹਨਾਂ ਕਦੀ ਚੋਣ ਨਹੀਂ ਲੜੀ, ਅਤੇ ਜਿਹੜੀ ਬੀਜੇਪੀ ਦੀ ਵੋਟ ਆ ਕੈਡਰ ਵੋਟ ਜਿਹੜੀ ਆ, ਜਿਹੜੇ ਸ਼ਹਿਰ ਦੇ ਕਮਿਟਡ ਬੰਦੇ ਨੇ, ਉਹ ਮੇਰੀਆਂ ਜਿਹੜੀਆਂ ਪਿਛਲੀਆਂ ਚੋਣਾਂ 'ਚ ਮਦਦ ਕਰਦੇ ਰਹੇ ਨੇ। ਮੈਂ ਲੋਕਾਂ ਦੇ ਕੰਮ ਕੀਤੇ ਨੇ, ਮੈਂ ਹਮੇਸ਼ਾ ਹਿੰਦੂ ਸਿੱਖ ਏਕਤਾ ਦਾ ਹਾਮੀ ਰਿਹਾ। 2-3 ਘਟਨਾਵਾਂ ਸ਼ਹਿਰ 'ਚ ਵਾਪਰੀਆਂ, ਭਾਵੇਂ ਰਮਨ ਹੋਣੀ ਕਹਿੰਦੇ ਨੇ ਮੈਂ ਤੁਹਾਡਾ ਹਿੰਦੂ ਭਰਾ ਹਾਂ, ਪਰ ਹਿੰਦੂ ਇਹ ਗੱਲ ਆਉਂਦੇ ਨੇ ਵੀ ਨਹੀਂ ਸਿੱਖ ਵੀ ਸਾਡਾ ਭਰਾ ਆ। ਬੱਬੇਹਾਲੀ ਜਿੱਦਣ ਮਾਂਵਾਲਾ ਚੌਂਕ 'ਚ ਗੁਰਦੁਆਰੇ ਅਤੇ ਮੰਦਰ ਦਾ ਝਗੜਾ ਪਿਆ, ਜਿੱਦਣ ਰਾਜੂਵਾਲੀ ਦੀ ਫਾਂਸੀ ਨੂੰ ਮੌਤ 'ਚ ਕਨਵਰਟ ਕਰਨਾ ਸੀ, ਇੱਕ ਬੰਦਾ ਮਾਰਿਆ ਗਿਆ ਗੋਲੀ ਨਾਲ, ਅਤੇ ਉਦੋਂ ਨਾ ਪਾੜੇ ਹੋਣੀ ਬਾਹਰ ਨਿਕਲੇ ਸੀ ਅਤੇ ਨਾ ਰਮਨ ਹੋਣੀ ਨਿਕਲੇ ਸੀ। ਦੋਵਾਂ ਘਟਨਾਵਾਂ ਦੇ ਵਿੱਚ ਏਡਾ ਤਣਾਅ ਸੀ, ਕਰਫਿਊ ਲੱਗਾ ਸੀ, ਅਤੇ ਦੋਵੇਂ ਮੈਂ ਲੋਕਾਂ ਦੇ ਸਹਿਯੋਗ ਦੇ ਨਾਲ ਮਸਲੇ ਸੁਲਝਾਏ ਸੀ ਅਤੇ ਸ਼ਾਂਤੀ ਰੱਖੀ ਸ਼ਹਿਰ 'ਚ। ਹਿੰਦੂ ਸਿੱਖ ਏਕਤਾ ਦਾ ਹਾਮੀ ਰਿਹਾ, ਇਹ ਸਾਰੇ ਲੋਕ ਜਿਹੜੇ ਸ਼ਹਿਰ ਦੇ ਸਮਝਦੇ ਨੇ ਗੱਲ ਨੂੰ, ਅਤੇ ਇਸ ਕਰਕੇ ਲਗਾਤਾਰ ਜਿਹੜਾ ਸਮਝੌਤਾ ਰਿਹਾ ਆ, ਅਤੇ ਬਟਨ ਜਿਹੜਾ ਉਹਨਾਂ ਨੇ ਤਕੜੀ ਦਾ ਨੱਪਣਾ ਆ, ਫੁੱਲ 'ਚ ਤਾਂ ਕਦੀ ਵੋਟ ਨਾ ਪਾਈ ਨਹੀਂ, ਇੱਕ ਕੋਈ ਚੁਣੌਤੀ ਨਹੀਂ।
ਕਈ ਵਾਰੀ ਚੁਣੌਤੀਆਂ ਦਾ ਸਾਹਮਣਾ ਤੁਹਾਨੂੰ ਆਪਣਿਆਂ ਕੋਲ ਵੀ ਕਰਨਾ ਪਿਆ। ਪਿਛਲੇ ਦਿਨੀ ਇੱਕ ਬੜੀ ਵੱਡੀ ਰੈਲੀ ਤੁਹਾਡੇ ਖਿਲਾਫ ਕੀਤੀ ਗਈ, ਇੱਥੋਂ ਤੱਕ ਕਿ ਸਟੇਜਾਂ ਦੇ ਉੱਤੋਂ ਤੁਹਾਡੀ ਪ੍ਰਧਾਨਗੀ ਨੂੰ ਲੈ ਕੇ ਵੀ ਕਿੰਤੂ ਕੀਤਾ ਗਿਆ, ਪਰ ਤੁਸੀਂ ਅੱਜ ਵੀ ਮੌਜੂਦਾ ਪ੍ਰਧਾਨ ਹੋ ਔਰ ਤੁਹਾਡੀ ਰਹਿਨੁਮਾਈ ਹੇਠ ਹੀ ਇਹ ਸਾਰੀ ਇਲੈਕਸ਼ਨ ਲੜੀ ਜਾ ਰਹੀ ਹੈ, ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਮੈਂਬਰ ਪੰਚਾਇਤ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਕੋਈ ਪੋਲੀਟੀਕਲ ਬੰਦਾ ਨਹੀਂ ਜਿਹਦੀ ਮੁਖਾਲਫਤ ਨਾ ਹੋਏ, ਪਰ ਜੇ ਤਾਂ ਮੁਖਾਲਫਤ ਕਰਨ ਵਾਲੇ ਆਪ ਕਿਸੇ ਅਸੂਲ 'ਤੇ ਖੜ੍ਹੇ ਹੋਣਗੇ ਅਤੇ ਜਿਨ੍ਹਾਂ ਲੀਡਰਾਂ ਨੂੰ ਦੱਸਣਾ ਚਾਹੁੰਦੇ ਨੇ ਪਾਰਟੀ ਦੇ ਵਿੱਚ ਵੱਡਿਆਂ ਨੂੰ ਵੀ ਬੱਬੇ ਭਾਈ ਕੀ ਕਰ ਰਿਹਾ, ਅਤੇ ਫਿਰ ਤਾਂ ਕੋਈ ਮੰਨ ਲਏਗਾ ਵੱਡਾ ਲੀਡਰ ਤਾਂ ਲੋਕ ਵੀ ਮੰਨਣਗੇ, ਅਤੇ ਜਿਹਦਾ ਆਪਣਾ ਕੋਈ ਅਸੂਲ ਨਹੀਂ, ਮਾੜੇ ਲੋਕ ਇੱਥੇ ਜੇ ਬੋਲ ਗਏ ਨੇ ਚਾਰ ਗੱਲਾਂ ਅਤੇ ਕੰਮ ਬੋਲਦਾ, ਮੇਰਾ ਅਸੂਲ ਬੋਲਦਾ, ਮੇਰੀ ਜਿਹੜੀ ਜ਼ਬਾਨ ਆ ਜਿੱਥੇ ਕਰਤੀ ਉਹ ਵੀ ਪਤਾ, ਅਤੇ ਸੰਸਰੀਏ ਤੌਰ 'ਤੇ ਪਾਰਟੀ ਨੂੰ ਜਦੋਂ ਦਾ ਮੈਂ ਪ੍ਰਧਾਨ ਬਣਿਆ ਮੈਂ ਮਜ਼ਬੂਤ ਕੀਤਾ, ਲੋਕਾਂ ਨਾਲ ਲੈ ਕੇ ਸਰਕਾਰ ਦੇ ਖਿਲਾਫ ਜਿਆਦਤੀਆਂ ਦੇ ਧਰਨੇ ਲਾਉਂਦੇ ਰਹੇ ਹਾਂ, ਬਿਜਲੀ ਦੇ ਕੱਟ 24-24 ਘੰਟੇ ਲੱਗਦੇ, ਕਾਂਗਰਸ ਵੇਲੇ SC ਦੇ ਦਫ਼ਤਰ ਗਾੜੀ, ਮਤਲਬ ਜਿੰਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਆਉਂਦੇ ਰਹੇ ਅਤੇ ਆਪੋਜੀਸ਼ਨ 'ਚ ਰਹਿੰਦਿਆਂ ਠੋਕ ਕੇ ਕਾਂਗਰਸ ਦੀ ਵਿਰੋਧਤਾ ਕੀਤੀ ਅਤੇ ਉਹਨਾਂ ਲਿਫਾਉਣ ਦੀ ਕੋਸ਼ਿਸ਼ ਕੀਤੀ, ਸਾਡਾ ਮਲਟੀਪਲੈਕਸ ਬੰਦ ਕੀਤਾ, ਸਾਡੇ 'ਤੇ ਪਰਚੇ ਕਰਾਏ, ਜਾਖੜ ਨੂੰ ਇੱਥੋਂ ਹਰਾ ਕੇ ਭੇਜਿਆ। ਸੋ ਇਸ ਕਰਕੇ ਸਮਝਦੇ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਇਹ ਜਿਹੜੇ ਬੰਦੇ ਕੁਛ ਬੋਲ ਕੇ ਗਏ ਪਿੱਛੇ, ਇਹ ਲੋਕਾਂ ਨੇ ਵੀ ਨੈਗਲੈਕਟ ਕਰ ਦਿੱਤੇ ਨੇ, ਕਿਉਂਕਿ ਉਹਨਾਂ ਦਾ ਜਿਹੜਾ ਅਸੂਲ ਆ ਜਿੱਦਾਂ ਕਰੈਕਟਰ ਆ ਉਹ ਕੋਈ ਐਡਾ ਵਧੀਆ ਨਹੀਂ, ਇਸ ਕਰਕੇ ਮੇਰੇ 'ਤੇ ਕੋਈ ਅਸਰ ਨਹੀਂ ਹੋਇਆ। ਮੌਜੂਦਾ ਵਿਧਾਇਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਵਿਕਾਸ ਦੇ ਨਾਮ ਦੇ ਉੱਤੇ ਵੋਟਾਂ ਜਿਹੜੀਆਂ ਉਹ ਮੰਗੀਆਂ ਜਾਣਗੀਆਂ ਇਲਾਕੇ ਦੇ ਵਿੱਚੋਂ, ਤੁਸੀਂ ਕਿੱਦਾਂ ਦੇਖਦੇ ਹੋ ਕਿ ਇਲਾਕੇ ਦਾ ਕੋਈ ਜਿਹੜਾ ਮੋਰਲਰੀ ਜਿਹਨੂੰ ਵਿਕਾਸ ਕਹਿੰਦੇ ਨੇ ਉਹ ਕੋਈ ਹੋਇਆ? ਵੇਖੋ ਜਿਹੜੀ ਵਿਕਾਸ ਦੀ ਗੱਲ ਆ, ਜਿਹੜੀਆਂ ਗਲੀਆਂ 'ਚ ਟੈਲਾਂ ਲਾਉਣੀਆਂ ਨੇ ਜਾਂ ਸੜਕਾਂ 'ਤੇ ਪ੍ਰੀਮਿਕਸ ਪਾਉਣੀ ਆ, ਇਹ ਇੱਕ ਰੂਟੀਨ ਮੈਟਰ ਆ, ਪਰ ਉਹਨੇ ਗਲੀਆਂ ਵੀ ਰੋਲ ਕੇ ਰੱਖ ਦਿੱਤੀਆਂ ਨੇ, ਜਿਹੜਾ ਮੇਰੇ ਵੱਲੋਂ ਫਰਸ਼ ਪਏ ਸੀ ਆਪਣੀ ਜਿਹੜੀ ਫੈਕਟਰੀ ਆ ਉਹਦੀ ਟੈਲਾਂ ਦੀ, ਉਹਨੂੰ ਸੇਲ ਕਰਨ ਵਾਸਤੇ ਅਤੇ ਘੱਟ ਰੇਟ ਦੀਆਂ ਟੈਲਾਂ ਦੇ ਵੱਧ ਬਿੱਲ ਬਣਾਉਣ ਵਾਸਤੇ ਬੋਗਸ ਸੈਟੀਆਂ ਬਣਾਈਆਂ ਨੇ ਪੇਮੈਂਟਾਂ ਕਢਾਉਣ ਵਾਸਤੇ, ਫਰਸ਼ ਵਾਲੀਆਂ ਗਲੀਆਂ ਦੇ ਉੱਤੇ ਟੈਲਾਂ ਲਾ ਦਿੱਤੀਆਂ ਨੇ ਜਿਹੜੇ ਘਰ ਨੀਵੇਂ ਹੋ ਗਏ ਨੇ, ਇਹਨੂੰ ਨਹੀਂ ਕੋਈ ਲੋਕ ਵਿਕਾਸ ਮੰਗਦੇ। ਵਿਕਾਸ ਹੋਇਆ ਕਿ ਕੋਈ ਵੱਡੇ ਪ੍ਰੋਜੈਕਟ ਲੈ ਕੇ ਆਓ, ਜਿਹੜੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਕਹਿ ਸਕੇ ਵੀ ਕਿਸੇ ਸਰਕਾਰ ਨੇ ਕਿਸੇ ਕੈਂਡੀਡੇਟ ਨੇ ਆਹ ਕੰਮ ਕੀਤੇ ਸੀ। ਇੱਕ ਕੰਮ ਉਹ ਦੱਸਦੇ ਜਿਹੜਾ ਉਹ ਨਵਾਂ ਲੈ ਕੇ ਆਇਆ, ਬੜਾ ਢੰਡੋਰਾ ਫੇਰਦਾ ਉਹ ਵੀ ਮੈਂ ਬੱਸ ਸਟੈਂਡ ਸ਼ੁਰੂ ਕਰਤਾ, ਅਤੇ ਉਹਨੂੰ ਪੁੱਛੋ ਵੀ ਨੀਂਹ ਪੱਥਰ ਕਿਹਨੇ ਰੱਖਿਆ ਸੀ? ਕੰਮ 'ਤੇ ਲੇਟ ਕਈਆਂ ਕਾਰਨਾਂ ਕਰਕੇ ਹੋ ਜਾਂਦੇ, ਜੇ ਆਹ ਮਕਾਨ 'ਚ ਬੈਠਿਆ ਜੇ ਨੀਂਹ ਮਜ਼ਬੂਤ ਆ ਤਰੀਕੇ ਨਾਲ ਰੱਖੀ ਆ ਅਤੇ ਵਧੀਆ ਮਕਾਨ ਬਣਦਾ ਖੁੱਲ੍ਹਾ ਡੁੱਲਾ, ਚਾਰ ਸਿਰਾਂ ਧੁੱਪ ਆਉਂਦੀ ਆ ਹਵਾ ਆਉਂਦੀ ਆ, ਅਤੇ ਸਾਡੇ ਨੀਂਹ ਪੱਥਰ ਰੱਖੇ ਇਹਨੂੰ, ਉਹ ਕਹੀ ਜਾਂਦਾ ਵੀ ਨਹੀਂ ਮੈਂ ਇਹਨੂੰ ਬਣਾਤਾ। ਉਹਦੇ ਵਿੱਚ ਬੜੀ ਵੱਡੀ ਪ੍ਰੋਬਲਮ ਸੀ, ਗੁਰਦੁਆਰਾ ਸਾਹਿਬ ਜਾਂ ਕੁੱਲੀ ਸਾਹਿਬ ਦਾ ਬਾਬੇ ਦਾ ਉਹ ਨੰਬਰੀ ਆ, ਜਦੋਂ ਇਹ ਅਕਵਾਇਰ ਹੋਈ ਜ਼ਮੀਨ ਉਹ ਨੰਬਰ ਅਕਵਾਇਰ ਹੋ ਗਏ, ਉਹ ਗੁਰਦੁਆਰਾ ਸਾਹਿਬ ਨੂੰ ਬਿਲਡਿੰਗ ਨੂੰ ਵਿੱਚੋਂ ਕੱਢਣ ਕਰਕੇ ਅਫਸਰਾਂ ਦੇ ਹਟਾਉਣਾ ਆ। ਮੈਂ ਕਹਿੰਦਾ ਵੀ ਨਹੀਂ ਅਸੀਂ ਵਿਵਾਦ 'ਚ ਨਹੀਂ ਪੈਣਾ, ਇਹ ਗੁਰਦੁਆਰਾ ਸਾਹਿਬ ਵਿੱਚੋਂ ਕੱਢ ਦਈਏ। ਉਹ ਕੱਢਦਿਆਂ ਕੁੱਢਿਆਂ 2-4 ਸਾਲ ਲੱਗ ਗਏ, ਅਫਸਰ ਕੋਲ ਲੱਤ ਨਹੀਂ ਲਾਉਂਦਾ, ਕਿਉਂਕਿ ਜੋ ਜ਼ਮੀਨ ਅਕਵਾਇਰ ਹੁੰਦੀ ਆ ਉਦੋਂ ਸਸਤੀ ਹੁੰਦੀ ਆ, ਜਦੋਂ 2 ਸਾਲ ਬਾਅਦ ਕੱਢਣੀ ਆ ਉਦੋਂ ਮਹਿੰਗੀ ਹੁੰਦੀ ਆ। ਅਤੇ ਫਿਰ ਬਾਦਲ ਸਾਹਿਬ ਨੂੰ ਕਹਿ ਕੇ ਬੜੇ ਜ਼ੋਰ ਨਾਲ ਕਢਾਈ, ਫਿਰ ਸਰਕਾਰ ਬਦਲ ਗਈ, ਹੋਰ ਕੋਈ ਕੰਮ ਦੱਸ ਜਿਹੜਾ ਨਵਾਂ ਲੈ ਕੇ ਆਇਆ। ਮੇਰੇ ਕੰਮ ਸ਼ਹਿਰ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਜੀ ਵੱਲੋਂ ਉਦਘਾਟਨ ਕੀਤੇ ਗਏ, ਫੰਡ ਲਿਆਂਦੇ ਗਏ, ਸਭ ਤੋਂ ਪਹਿਲਾਂ ਮੈਂ ਵੱਡਾ ਇੱਥੇ ਹਸਪਤਾਲ ਬਣਾਇਆ। ਪਹਿਲਾ ਹਸਪਤਾਲ ਜਿਹੜਾ ਸੀ ਉਹ 2-2.5 ਏਕੜ ਜਿਹਾ 8 ਕਿਲੇ 'ਚ ਬਣਾਇਆ, ਭਾਵੇਂ ਉਦੋਂ ਰੋਤਾ ਹੋਈ, ਚੰਗੇ ਕੰਮਾਂ ਦਾ ਲਾਭ ਵੀ ਥੋੜ੍ਹੇ ਸਮੇਂ ਬਾਅਦ ਮਿਲਦਾ। ਜੇ ਕੋਈ ਲੀਡਰ ਹਲਕੇ ਵਿੱਚ ਮਾੜੇ ਕੰਮ ਕਰਦਾ ਉਹਦਾ ਨੁਕਸਾਨ ਵੀ ਲੇਟ ਪਤਾ ਲੱਗਦਾ। ਅੱਜ ਇਹ ਹਸਪਤਾਲ ਬਾਹਰ ਨਾ ਹੁੰਦਾ, ਜਿੱਦਾਂ 3 ਸਾਲ ਤੋਂ ਕਰੋਨਾ ਦਾ ਕਹਿ ਰਿਹਾ, ਅੱਧੇ ਵੱਧ ਸ਼ਹਿਰ ਪੀੜਤ ਹੋ ਜਾਣਾ ਕਰੋਨੇ ਨਾਲ। ਉੱਥੇ ਐਟਮੋਸਫੀਅਰ ਵਧੀਆ ਆ, ਪਾਰਕਿੰਗ ਆ, 200 ਬੈੱਡ ਆ, ਬੜਾ ਵਧੀਆ ਫਿਰ ਬਣਾਇਆ ਮੈਂ ਉਹ, ਅਤੇ ਉੱਥੇ ਹੁਣ ਲੋਕ ਜਾਂਦੇ ਨੇ ਮਰੀਜ਼ਾਂ ਨੂੰ ਲੈ ਕੇ ਅਤੇ ਵੇਖਦੇ ਨੇ। ਅਤੇ ਇਹਦਾ ਵਿਧਾਇਕ ਕਹਿੰਦਾ ਮੈਂ ਬੜਾ ਵਿਕਾਸ ਦਾ ਕੰਮ ਕਰਾਇਆ, ਸਾਡੇ ਬਣੇ ਹੋਏ ਹੋਸਪਿਟਲ ਸਰਕਾਰੀ ਥਾਂ 'ਚ ਪ੍ਰਾਈਵੇਟ ਕਲੋਨੀ 'ਚੋਂ ਰਸਤਾ ਕੱਢਤਾ, ਆਪ ਲਾਗੇ 4 ਕਿਲੋਮੀਟਰ ਥਾਂ ਲੈ ਕੇ, ਅਤੇ ਹੁਣ ਡਾਕਟਰ ਅਤੇ ਮਰੀਜ਼ ਵੀ ਖਿਲਾਫ ਨੇ, ਉਹ ਕਲੋਨੀ ਵਾਲੇ ਖਿਲਾਫ਼ ਨੇ, ਜਦੋਂ ਹੁਣ ਕਾਰਾਂ ਲੰਘਣਗੀਆਂ ਹੋਸਪਿਟਲ 'ਚ ਚੋਰੀਆਂ ਵਧਣਗੀਆਂ, ਘੱਟਾ ਵਜਿਆ ਕਰੇਗਾ, ਹਾਰਨ ਵੱਜਿਆ ਕਰੇਗਾ, ਉੱਥੇ ਜਿਹੜੇ ਵਾਰਸ ਜਾਂਦੇ ਨੇ ਮਰੀਜ਼ਾਂ ਦੇ ਉਹ ਵੀ ਪਾਰਕਿੰਗ ਦੀ ਥਾਂ ਘੱਟ ਗਿਆ, ਮਰੀਜ਼ ਡਿਸਟਰਬ ਹੋਇਆ ਕਰਨਗੇ। ਸੋ ਇਹ ਇੱਕ ਕੰਮ ਦੱਸਦੇ ਵੀ ਮੈਂ ਕੀਤਾ, ਸਾਡੇ ਲੱਭਦੇ ਨੇ ਹੋਸਪਿਟਲ ਲੱਭਦਾ, ਪਾਵਰ ਹਾਊਸ ਮੈਂ 66 ਵੀ 7 ਨੰਬਰ ਸਕੀਮ 'ਚ ਲੈ ਕੇ ਆਇਆ, ਬਾਦਲ ਸਾਹਿਬ ਕੋਲ ਉਦਘਾਟਨ ਕਰਾਇਆ,
ਸ਼ਹਿਰ ਦਾ ਲੋਡ ਪੂਰਾ ਹੋਇਆ। 100 ਤੋਂ ਵੱਧ ਮੈਂ ਟਰਾਂਸਫਰ ਨਵਾਂ ਚਾੜਿਆ, ਜਿੰਨੀਆਂ ਸ਼ਹਿਰ 'ਚ ਪੁਰਾਣੀਆਂ ਤਾਰਾਂ ਨਵੀਂ ਕੇਬਲ ਪਵਾਤੀ, ਪਾਰਕਿੰਗ ਬਣਾਈ। ਸਮੱਸਿਆ ਸੀ ਬਾਜ਼ਾਰ 'ਚ, ਐਸੇ 250 ਕਾਰ ਲੱਗਦੀ ਉੱਥੇ, ਲੋਕ ਬਾਜ਼ਾਰ ਜਾਂਦੇ ਕਾਰਾਂ ਲੱਗ ਜਾਂਦੇ ਨੇ। ਮੈਂ ਡਿਸਟ੍ਰਿਕਟ ਕੰਪਲੈਕਸ ਬਣਾਇਆ, ਸਾਰੇ ਸਰਕਾਰੀ ਦਫ਼ਤਰ ਇੱਕ ਛੱਤ ਥੱਲੇ ਇਕੱਠੇ ਕਰ, ਕੋਰਟ ਕੰਪਲੈਕਸ ਨਵਾਂ ਬਣਾਇਆ, ਮੈਰੀਟੋਰੀਆ ਸਕੂਲ ਬਣਾਇਆ, ਕਾਲਜ ਦੇ ਸਾਹਮਣੇ ਨਵੀਂ ਗਰਾਊਂਡ ਬਣਾਈ, 400 ਮੀਟਰ ਟਰੈਕ ਬਣਾਇਆ, ਲੋਕ ਦੌੜਾਂ ਲਾਉਂਦੇ ਨੇ। ਵੱਡਾ ਸਟੇਡੀਅਮ ਜਿਹੜਾ ਕਾਲਜ ਦੇ ਵਿੱਚ ਆ, ਸਰਕਾਰੀ ਕਾਲਜ, ਉਹ ਵੇਖੋ, ਨਵਦੀਪ ਸਿੰਘ ਸ਼ਹੀਦ ਲੈਫਟੀਨੈਂਟ ਦੇ ਨਾਂ 'ਤੇ ਵਧੀਆ ਸਟੇਡੀਅਮ ਬਣਾਇਆ। ਵਰਲਡ ਕੱਪ ਇੱਥੇ ਕਰਵਾਉਂਦਾ ਰਿਹਾ, ਜਦੋਂ ਪੰਜਾਬ 'ਚ ਹੁੰਦੇ ਸੀ ਮੈਂ ਪ੍ਰਧਾਨ ਸਾਹਿਬ ਨੂੰ ਕਿਹਾ ਕਿ ਆਪਣੇ ਸ਼ਹਿਰ 'ਚ ਕਰਵਾਉਂਦਾ ਰਿਹਾ ਵੀ ਬੱਚੇ ਖੇਡਾਂ ਵੇਖ ਕੇ ਆਪਣਾ ਸਰੀਰ ਬਣਾਉਣਗੇ। ਇਹ ਕੰਮ ਦੱਸਦੇ ਵੀ ਟੈਲਾਂ ਤੋਂ ਦਸਵਾ ਕਿਹੜਾ ਕੀਤਾ, ਆਹ ਵੇਖ ਲਓ ਡਾਕਖਾਨੇ ਚੌਂਕ ਤੋਂ ਜੇਲ੍ਹ ਨੂੰ ਜਾਂਦਿਆਂ ਸਿਰਫ ਟੈਲਾਂ ਵੇਚਣ ਕਰਕੇ 3-4 ਲੱਖ ਰੁਪਈਏ ਬੰਦਿਆਂ ਸੜਕ ਦਾ ਨਾਸ਼ ਕਰਤਾ। ਕਿੱਦਾਂ ਕਾਰਾਂ ਬੁੜਕਦੀਆਂ ਨੇ, ਕਿੱਦਾਂ ਟੱਪ ਟੱਪ ਹੁੰਦਾ, ਅਤੇ ਦੁਕਾਨਾਂ ਵਾਲੇ ਵੱਖਦੇ ਨਾਰਾਜ਼ ਹੋਣ ਵੀ ਪਾਣੀ ਖਲੋ ਜਾਂਦਾ। ਸੋ ਇਸ ਕਰਕੇ ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦਾ, ਕੋਈ ਵਿਕਾਸ ਦਾ ਨਾਂ ਨਹੀਂ, ਅਨਪਲੈਨ ਡਿਵੈਲਪਮੈਂਟ ਚੱਲ ਰਹੀ ਆ। ਤੁਹਾਡੇ ਸਾਹਮਣੇ ਡਿਵਾਈਡਰ ਬਣਾਇਆ, ਬੀਆਂ ਇਹ ਦੁਕਾਨ ਲੱਗੇ, ਜਦੋਂ ਉਹਨਾਂ ਦੇ ਗਾਹਕ ਘੱਟ ਗਏ, ਰਸ਼ ਪੈਣ ਲੱਗਾ, ਪਹਿਲਾਂ ਬਣਾਉਣ ਲੱਗਿਆ ਪੈਸੇ ਖਾ ਲਏ, ਮੁੜ ਕੇ ਰਾਤ ਰਾਤ ਨੂੰ ਢਾਤਾ 2 ਮਹੀਨਿਆਂ ਬਾਅਦ, ਨਖਾਸੂ ਛੋਟੀਆਂ ਬੁਰਜੀਆਂ ਵੀ ਅਤੇ ਪਾਈਪਾਂ ਵੀ। ਬਾਈਪਾਸ 'ਤੇ ਬਾਹਰ ਚੱਲ ਜਾਓ, ਦਰਾਂਗੜੇ ਰੋਡ ਨੂੰ ਬਾਈਪਾਸ ਟੱਚ ਕਰਦਾ, ਚੰਗੀ ਪਲੀ ਸੜਕਿਆ, 1.25 ਇੰਚੀ ਪ੍ਰੀਮੈਕਸ ਪੈਣੀ, 1.5-1.5 ਫੁੱਟ ਉੱਤੇ ਰੋੜਾ ਪਾਤਾ। ਮਾਨਕੋਟ ਸਿੱਧੇ ਚੱਲ ਜਾਓ ਗਾਜੀਕੋਟ ਨੂੰ, ਬੜੀ ਵਧੀਆ ਸੜਕ ਗਈ, ਪ੍ਰੀਮੈਕਸ ਪੈਣੀ ਸੀ, ਜਿਹੜੀ 5 ਸਾਲ ਬਾਅਦ ਪੈਂਦੀ, ਉੱਥੇ ਰੋੜੇ ਪਾਤੇ ਨੇ, ਉਹ ਦੁਕਾਨਾਂ ਨੀਵੀਆਂ ਹੋ ਗਈਆਂ। ਸਿੱਧਵਾਂ ਤੋਂ ਭੁੰਬੜੀ ਵੇਖ ਲਓ, ਉੱਥੇ ਵੀ ਪਾਤੇ, ਆ ਪਹਾੜਿਆਂ 'ਤੇ ਸੀਵਰੇਜ ਪਾ ਕੇ ਬੜਾ ਰੌਲਾ ਪਾਇਆ, ਸੀਵਰੇਜ ਪਾਤਾ, ਨੈਸ਼ਨਲ ਹਾਈਵੇ 'ਤੇ ਆਣ ਕੇ ਰੁਕ ਗਿਆ, 4 ਮਹੀਨੇ ਪਹਿਲਾਂ ਮਕੇਰੀਆ ਰੋਡ 'ਤੇ ਪ੍ਰੀਮੈਕਸ ਪਾਈ ਆ, ਉਹ 'ਚੋਂ ਪੈਸੇ ਖਾ ਲਏ, ਅਤੇ 4 ਮਹੀਨਿਆਂ ਬਾਅਦ ਫਿਰ ਸੜਕ ਉਹ ਪੁੱਟ ਦਿੱਤੀ, ਅਤੇ ਫਿਰ ਸੀਵਰੇਜ ਦਾ ਕੰਮ, ਤਾਂ ਸੀਵਰੇਜ ਫਿਰ ਨਹੀਂ ਸਰ ਜਿਹੜਿਆ ਉੱਥੇ ਰੁਕਿਆ। ਕੋਈ ਕੰਮ ਜਿਹੜਾ ਇਹਦਾ ਨਹੀਂ ਲੱਭ ਰਿਹਾ ਵੀ ਜਿਹੜਾ ਇਹਨੇ ਲੋਕਾਂ ਦੇ ਭਲੇ ਵਾਸਤੇ ਕੰਮ ਆ ਕੀਤਾ। ਤਾਂ ਮੈਂ ਦੱਸਾਂ, ਟੈਲਾਂ ਜ਼ਰੂਰ ਲਾਈਆਂ ਨੇ, ਅਤੇ ਉਹ ਵੀ ਟੈਲਾਂ ਮੇਰੀਆਂ ਕਈ ਥਾਈਂ ਪੁੱਟ ਲਈਆਂ ਪੁਰਾਣੀਆਂ, ਫੈਕਟਰੀ 'ਚੋਂ ਨਗਾ ਲੈਂਦੇ ਨੇ ਪਾਲਿਸ਼ ਕਰਕੇ, ਫਿਰ ਉਹ ਪੁਰਾਣੀਆਂ ਇਸ ਦੀਆਂ ਪਿੰਡਾਂ 'ਚ ਲਾ ਦਿੰਦੇ ਨੇ। ਇਸ ਕਰਕੇ ਕੋਈ ਇਹਦਾ ਕੰਮ ਜਿਹੜਾ ਕੋਈ ਵਿਕਾਸ ਵਾਲੀ ਗੱਲ ਵੀ ਨਹੀਂ। ਇਲਜ਼ਾਮਬਾਜ਼ੀ ਕਰਦੇ ਹੋ, ਪਿਛਲੇ ਇਹਨਾਂ ਨੇ ਆਉਂਦੇ ਆ ਮੌਜੂਦਾ ਵਿਧਾਇਕ ਵੱਲੋਂ ਬਹੁਤ ਸਾਰੀਆਂ ਸਟੇਜਾਂ ਦੇ ਉੱਤੇ ਕਿਹਾ ਗਿਆ ਕਿ ਤੁਹਾਡੇ ਪਿੰਡ ਦੇ ਨਾਲ ਹੀ ਇੱਥੇ ਬਣਨ ਵਾਲਾ ਇੱਕ ਪੁਲ ਜਿਹਦਾ 2 ਕਰੋੜ ਰੁਪਏ ਲਾਗਤ ਸੀ, ਉਹ ਪੁਲ ਜਿਹੜਾ ਹੈ ਉਹ ਤੁਹਾਡੇ ਟਾਈਮ ਦੇ ਉੱਤੇ ਨਹੀਂ ਬਣਿਆ, ਬਕਾਇਦਾ ਤੁਹਾਡੇ ਵੱਲੋਂ ਉਦਘਾਟਨ ਕੀਤਾ ਗਿਆ ਪਰ ਪੁਲ ਬਣਿਆ ਨਹੀਂ, ਉਹਦਾ 2 ਕਰੋੜ ਰੁਪਏ ਦਾ ਘਪਲਾ ਹੋਇਆ, ਔਰ ਉਹ ਪੁਲ ਜਿਹੜਾ ਹੈ ਉਹ ਇਹਨਾਂ ਦੇ ਸਮੇਂ ਦੇ ਵਿੱਚ ਸ਼ੁਰੂ ਕੀਤਾ ਗਿਆ, ਉਹ ਬਹੁਤ ਵੱਡਾ ਇਲਜ਼ਾਮ ਹੈ ਤੁਹਾਡੇ 'ਤੇ, ਕਿੱਦਾਂ ਸਮਝਦੇ? ਇੱਕ ਇਸ ਪਰਿਵਾਰ ਕੋਲ ਆਰਟ ਆ ਵੀ ਝੂਠ ਨੂੰ ਵੀ ਏਡੇ ਕੌਨਫੀਡੈਂਸ ਨਾਲ ਬੋਲਣਾ, ਇਹ ਸੱਚ ਕਰ ਦੇਣਾ। ਇਹਨਾਂ ਨੂੰ ਪੁੱਛੋ ਵੀ ਜੇ ਤੁਸੀਂ ਇਨਕੁਆਇਰੀ ਕਰਾਈ, ਆਉਂਦੇ ਅਫਸਰਾਂ ਦੇ ਪਰਚੇ ਕਰਾਏ, ਅਤੇ ਜੇ ਅਫਸਰਾਂ ਦੇ ਪਰਚੇ ਕਰਾਏ ਤਾਂ ਫਿਰ ਬੱਬੇ ਆਈ ਤਾਂ ਕਿਉਂ ਨਹੀਂ ਕੋਈ ਗੱਲ ਆਈ? ਉਹ ਪੁਲ ਸ਼ੁਰੂ ਹੋਇਆ, ਇਹਨਾਂ ਨੇ ਕਦੀ ਜ਼ਿੰਦਗੀ 'ਚ ਕੋਈ ਡਿਵੈਲਪਮੈਂਟ ਨਹੀਂ ਕੀਤੀ। ਆਹ 2 ਹੁਣ ਕੋਠੀਆਂ ਪਾ ਲਈਆਂ ਨੇ, ਵੱਕਰ ਬੋਰਡ ਦਾ ਥਾਂ ਘੇਰ ਕੇ ਇੱਕੋ ਮਕਾਨ 'ਚ ਰਹਿੰਦੇ ਰਹੇ ਨੇ, ਅਤੇ ਇਹ ਹੁਣ ਜਿਹੜੀ ਗੱਲਾਂ ਕਰਦੇ ਨੇ, ਪੁਲ ਸ਼ੁਰੂ ਹੋਇਆ, ਕੋਠੀਆਂ ਗਲ ਗਈਆਂ, ਇੱਕ ਸਿਸਟਮ ਆ ਕਿ ਜਿਹੜਾ ਪਾਣੀ ਬੰਦ ਕਰਨਾ, ਇਹ ਕਿਸਾਨਾਂ ਦੀਆਂ ਪੈਲੀਆਂ ਨੂੰ ਲੱਗਦੇ ਸੂਏ ਦੇ ਵਿੱਚੋਂ ਦੀ, ਇਰੀਗੇਸ਼ਨ ਮਹਿਕਮੇ ਨੇ ਲਿਖ ਕੇ ਦੇਣਾ ਚੀਫ ਨੂੰ ਐਗਰੀਕਲਚਰ ਵਾਲੇ ਨੂੰ ਵੀ ਪਾਣੀ ਚਾਹੀਦਾ, ਫਿਰ ਉਹ ਲਿਖੇਗਾ ਵੀ ਹੁਣ ਪਾਣੀ ਚਾਹੀਦਾ ਕਿ ਬੰਦ ਆ, PWD ਨੂੰ ਫਿਰ ਭੇਜਣਾ। ਇਹ ਕਿਸ਼ਤਾਂ 'ਚ ਪੁਲ ਬਣਦਾ, ਇਕੱਠੀ ਨਹਿਰ ਨਹੀਂ ਬੰਦ ਹੋਣੀ 6 ਮਹੀਨੇ, ਲੋਕਾਂ ਦੀਆਂ ਫਸਲਾਂ ਨਹੀਂ ਸੁਕਾਉਣੀਆਂ, ਇਹਦੇ ਕਰਕੇ ਉਹ ਲੇਟ ਹੁੰਦਾ ਰਿਹਾ, ਅਤੇ ਕੋਠੀਆਂ ਗਾਲੀਆਂ ਗਈਆਂ, ਸਰੀਏ ਪੁਰਾਣੇ ਵੇਖ ਲਓ ਲੱਗੇ, ਸਰਕਾਰ ਬਦਲ ਗਈ, ਜਦੋਂ ਕੰਮ ਸ਼ੁਰੂ ਕਰਨ ਲੱਗਾ ਠੇਕੇਦਾਰ, ਇਹਨਾਂ ਕਿਹਾ ਜੀ ਬੰਦ ਕਰ ਦਿਓ ਜੀ ਬੰਦ, ਮੈਂ ਘਪਲਾ ਫੜ ਲਿਆ, ਕੋਈ ਘਪਲਾ ਨਹੀਂ, ਠੇਕੇਦਾਰ ਮੰਨਦਾ ਸੀ ਵੀ ਮੈਂ ਕੰਮ ਸ਼ੁਰੂ ਕਰਨਾ, ਇਹਨਾਂ ਹੋਣ ਨਹੀਂ ਦਿੱਤਾ। ਇੱਕ ਗੱਲ ਗਲਤੀ ਹੋਈ ਆ ਅਫਸਰਾਂ ਕੋਲ ਵੀ, ਠੇਕੇਦਾਰ ਨੂੰ ਐਡਵਾਂਸ ਪੇਮੈਂਟ ਕਰ ਦਿੱਤੀ, ਤਿੰਨੋਂ ਠੇਕੇਦਾਰ ਕਹਿੰਦਾ ਮੈਂ ਪੈਸੇ ਲਾਉਣ ਨੂੰ ਤਿਆਰ ਹਾਂ, ਰੋਲ ਕੇ ਰੱਖਦੇ ਨੇ 2-4 ਅਫਸਰ ਐਵੇਂ ਹੀ, ਉਹਨਾਂ ਕੋਲ ਪੈਸੇ ਮੰਗਦਾ ਸੀ, ਅਤੇ ਉਹ ਪਰਚੇ 'ਚ ਆਪੇ ਜ਼ਮਾਨਤਾਂ ਕਰਾ ਕੇ ਬਾਅਦ, ਪੁਲ ਤਾਂ ਲੇਟ ਹੋ ਗਿਆ ਨਾ, ਬਣਾਇਆ ਤਾਂ ਇਹਨੇ ਵੀ ਨਹੀਂ, ਮਜ਼ਾ ਤਾਂ ਸੀ ਨਾ, ਅਤੇ ਜੇ ਘਪਲਾ ਸੀ ਤਾਂ ਇਹ ਨੰਗਾ ਕਰਕੇ ਪੁਲ ਬਣਾਉਣ ਦੇ ਲੋਕ ਲੰਘਣ ਲੱਗ ਪੈਂਦੇ, ਉੱਥੇ ਖੜਾ ਆ। ਅੱਜ ਲੋਕ ਇਹਨੂੰ ਹੁਣ 20-23 ਨੂੰ 20 ਫਰਵਰੀ ਨੂੰ ਦੱਸਣਗੇ ਸਾਡੇ ਪਿੰਡ ਦੇ ਲੋਕ ਵੀ ਕਿੰਨਾ ਨੁਕਸਾਨ ਹੋਇਆ। ਮਤਲਬ ਤਾਂ ਇਹ ਆ ਨਾ ਵੀ ਜੇ ਤੁਸੀਂ ਗੱਲ ਕੋਈ ਰੋਕੀ ਆ, ਘਪਲਾ ਨਾ ਫੜ ਲਿਆ, ਤਾਂ ਪੁਲ ਤਾਂ ਬਣਿਆ ਨਹੀਂ। ਤੁਹਾਡੇ ਇੰਨੇ ਵੱਡੇ ਕੰਪਲੈਕਸ ਨੂੰ ਬੰਦ ਕੀਤਾ ਗਿਆ, AGM ਪੈਲਸ ਸੀ ਜਿੱਥੇ, ਉਹਦੇ ਉੱਤੇ ਵੀ ਤੁਹਾਡੇ ਕਰਪਸ਼ਨ ਦੇ ਚਾਰਜਸ ਲਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਉਹ ਕਰਪਸ਼ਨ ਦਾ ਪੈਸਾ ਜਿਹੜਾ ਆ ਉੱਥੇ ਲੱਗਾ ਆ, ਉਹਦਾ ਕੀ ਜਵਾਬ ਦਿਓ? ਜਿੱਥੋਂ ਤੱਕ ਕਰਪਸ਼ਨ ਦਾ ਸਵਾਲ ਆ, ਮੈਂ ਦੇਖੋ ਜ਼ਿਲ੍ਹੇ ਦਾ ਪ੍ਰਧਾਨ ਆ, ਪ੍ਰਧਾਨ ਸਾਹਿਬ ਨੇ ਮੈਨੂੰ ਬਣਾਇਆ, ਸੁਬੀਰ ਜੀ ਨੇ, ਮੈਂ ਸਰਕਾਰ ਦੇ ਖਿਲਾਫ਼ ਧਰਨੇ ਲਾਏ, ਜਾਤੀਆਂ ਦੇ ਖਿਲਾਫ਼, ਜਾਖੜ ਨੂੰ ਤਾਂ ਹਰਾ ਕੇ ਭੇਜਿਆ,
ਐੱਮ ਐੱਲ ਏ 5 ਸਾਲ ਰਿਹਾ, ਇਹ ਸੁੱਖੀ ਰੰਧਾਵੇ ਹੋਣੀ ਸਾਰੇ ਸਾਡੇ ਖਿਲਾਫ਼ ਰਹੇ ਅਤੇ ਬੰਦ ਕਰਾਉਣਾ ਤਾਂ ਡੀ ਸੀ ਨੂੰ ਕਹਿ ਕੇ ਲਾਇਸੈਂਸ ਕੈਂਸਲ ਕਰਾਤਾ ਅਤੇ ਯੂ ਨੂੰ ਕਹਿ ਕੇ ਉਹ ਕੈਂਸਲ ਕਰਾਤੀਆਂ ਐੱਨ ਓ ਸੀਆਂ। ਮੈਂ ਆਉਂਦਾ ਰਿਹਾ ਵੀ ਇਹ ਕਰਪਸ਼ਨ ਦੇ ਪੈਸੇ ਤੁਹਾਡੀ ਸਰਕਾਰ ਆ, ਤੁਸੀਂ ਇਨਕੁਆਇਰੀ ਕਰਾਓ, ਪੈਸੇ ਕਿੱਥੋਂ ਆਏ ਨੇ। ਮੈਂ ਸਟੇਜਾਂ 'ਤੇ ਬੋਲਦਾ ਰਿਹਾ। ਗੱਲ ਤਾਂ ਇਹ ਆ ਵੀ ਤਕਰੀਬਨ 35-40 ਸਾਲ ਤੋਂ ਸਿਨੇਮਾ ਚੱਲਦਾ, ਨਵਾਂ ਸਿਸਟਮ ਆਇਆ, ਅਸੀਂ ਇਹਨੂੰ ਢਾ ਕੇ ਮਲਟੀ ਕਲਾਸ ਬਣਾਇਆ, 15-20 ਕਰੋੜ ਲੋਨ ਲਿਆ। ਉਹ ਤੋਂ ਪਹਿਲਾਂ ਜਿਹੜੇ ਮੇਰੇ ਜਿੱਥੇ ਇੱਥੇ ਕੰਮ ਸੀ, ਕਠੂਆ ਸਾਡਾ ਸਿਨੇਮਾ ਸੀ, ਕਾਦੀਆਂ ਸਾਡਾ ਸਿਨੇਮਾ ਸੀ, ਘਰਾਲੇ 10,000 ਟਨ ਦੇ ਸਾਡੇ ਗੋਦਾਮ ਸੀ, ਉਹ 'ਚ ਰਾਜੂ ਘਰਾਲੇ ਵਾਲਾ ਕਾਂਗਰਸੀ ਲੀਡਰ, ਉਹ ਸਾਡੇ ਭਾਈ ਵਾਲੇ ਧਾਰੀਵਾਲ 88-99 'ਚ ਮੇਰੀ ਗੈਸ ਏਜੰਸੀ, ਜਦੋਂ ਕਿਹਨੂੰ ਸਿਲੰਡਰ ਨਹੀਂ ਲੱਭਦਾ। ਪਹਿਲਾਂ 9 ਕਿੱਲੇ ਪੈਲੀ ਲੀਚੀ ਬਾਗ ਆ ਸਾਡਾ, ਜਿਹੜਾ ਸ਼ੇਡਿੰਗ ਮੈਂ ਛਾਈਦਾ, ਮੈਂ ਉਹ ਪੈਲੀ ਵੇਚੀ। ਜਦੋਂ ਹੁਣ ਇਹ ਮਲਟੀ ਕਰਨਾ ਸ਼ੁਰੂ ਕੀਤਾ, 4.5 ਕਰੋੜ ਦੀ ਪੈਲੀ ਵੇਚ ਕੇ ਦੇਣੀ ਸ਼ੁਰੂ ਕੀਤਾ, ਨਾਲੇ ਲੋਨ ਲਿਆ। ਇਹ ਲੱਲਣ ਮੇਰੇ ਕੋਲ ਹਿਸਾਬ ਲੱਭਦੀ, 5 ਸਾਲ ਕਿੱਥੇ ਰਹੇ ਨੇ। ਜੇ ਹੋਰ ਪਰਚੇ ਕਰਾ ਸਕਦੇ ਸੀ ਤਾਂ ਵੀ ਇਹਨਾਂ ਗੱਲ ਨੰਗੀ ਕਰ ਰਹੀ। ਅਤੇ ਮੈਂ ਫਿਰ ਸਵਾਲ ਕੀਤਾ ਸੀਗਾ ਪਿੱਛੇ ਵੀ, ਮੈਂ ਹੁਣ ਮੈਂ ਤੁਹਾਡਾ ਜਵਾਬ ਤਾਂ ਦੇ, ਹੁਣ ਤੁਸੀਂ ਦੱਸੋ ਵੀ 6 ਕਿੱਲੇ ਤੁਹਾਡੇ ਕੋਲ ਪੈਲੀ, 4 ਤੁਸੀਂ ਟਿਕਟ ਲਿਆਉਣ ਲਈ ਪਿਛਲੀ ਦੀ ਵੇਚਤੀ ਅਤੇ ਕਿੱਲੇ ਰਹਿ ਗਏ 2, ਅਤੇ ਤੁਸੀਂ 10-10 ਕਰੋੜ ਦੀਆਂ ਕੋਠੀਆਂ ਬਣਾ ਲਈਆਂ ਨੇ ਵਕਫ ਬੋਰਡ ਦਾ ਥਾਂ ਘੇਰ ਕੇ, ਸਾਰਾ ਸ਼ਹਿਰ ਜਾਣਦਾ ਵੀ ਹਨੂੰਮਾਨ ਚੌਂਕ 'ਚ ਇੱਕੋ ਕਮਰੇ 'ਚ ਰਹਿੰਦੇ ਸੀ, ਅਤੇ ਤੁਹਾਡੇ ਕੋਲ ਪੈਸੇ ਕਿੱਥੋਂ ਆਏ। ਅਤੇ ਪੱਤਰਕਾਰ ਜਿਹੜਾ ਹੁਣ ਤੁਸੀਂ ਸਵਾਦ ਲੈਣ ਡਿਆ, ਫਿਰ ਪੱਤਰਕਾਰ ਉਹਦੇ ਕੋਲ ਚੱਲ ਗਏ, ਕਹਿੰਦੇ ਵੀ ਉਹਨਾਂ ਸਵਾਲ ਕੀਤਾ ਵੀ ਪੈਸੇ ਕਿੱਥੋਂ ਆਏ ਨੇ। ਕਹਿੰਦਾ ਸੀ ਤਾਂ 10 ਦੀਆਂ 10 ਨਵਾਂ ਦੀ ਕਿਰਤਨਾ ਗੱਲ ਜਿਹੜੀ ਹੈ, ਕਿਰਤਨਾ ਕੋਠੀਆਂ ਪਾਈਆਂ ਨੇ, ਅਤੇ ਮੈਂ ਕਿਹੜੇ ਸਟੀਲ ਦੇ ਨਹੁੰ ਨੇ ਬਈ, ਉਹ ਲਿਆਓ, ਮੈਂ ਵੀ ਆਪਣੇ ਵਰਕਰਾਂ ਨੂੰ ਪਵਾਉਣਾ, ਉਹ ਵੀ ਕੋਠੀਆਂ ਬਣਾਉਣ। ਜਵਾਬ ਕੋਈ ਨਹੀਂ। ਹੁਣ ਕੈਪਟਨ ਸਾਹਿਬ ਨੇ ਸਾਰੀ ਜਿਹੜੀ ਫਾਈਲ ਬਣਾਈ ਈਡੀ ਨੂੰ ਭੇਜੀ ਆ, ਉਹ ਚੰਨੀ ਦੇ ਪੈਸੇ ਫੜੇ ਗਏ ਨੇ 11 ਕਰੋੜ ਰੁਪਈਆ, ਅਤੇ ਹੁਣ ਨਹੀਂ ਕੋਈ ਕੀਤਾ ਤਾਂ ਫਿਰ ਅਸੀਂ ਕਰ ਲਵਾਂਗੇ। ਗੱਲ ਤਾਂ ਹੋਣੀ ਸਾਹਮਣੇ ਸਾਹਮਣੇ, ਇਹ ਨਹੀਂ ਵੀ ਐਵੇਂ ਕੋਈ ਗੱਲ ਕਰਦੇ ਅਤੇ ਕਹਿਣਾ ਜੀ ਆਹ ਗੱਲ ਆ। 5 ਸਾਲ ਪਹਿਲਾਂ ਮੇਰਾ ਰਾਜਨੀਤਿਕ ਜੀਵਨ, ਤਕਰੀਬਨ 30-35 ਸਾਲ ਤੋਂ ਮੈਂ ਐਕਟਿਵ ਪਾਲਿਟਿਕਸ, ਚੰਗੇ ਮੈਂ ਕਿਹਾ ਮੈਂ ਚੇਅਰਮੈਨ ਰਿਹਾ। ਮਿਲਕ ਬਰਾਂਡ ਦਾ 3 ਵਾਰੀ ਆਡਿਟ ਕਰਾਇਆ, ਕੁਛ ਨਹੀਂ ਨਿਕਲਿਆ। ਬਲਾਕ ਸਮਿਤੀ ਦਾ 3 ਵਾਰੀ ਆਡਿਟ ਕਰਾਇਆ, ਕੁਛ ਨਹੀਂ ਨਿਕਲਿਆ। ਏਡੇ ਨੀਵੇਂ ਪੱਧਰ 'ਤੇ ਪ੍ਰਾਇਮਰੀ ਸੈਟੀ ਦਾ ਮੈਂ ਪ੍ਰਧਾਨ ਰਿਹਾ, ਦੁੱਧਰੀ ਦਾ ਪਿੰਡ ਬੱਬੇ ਵਾਲੀ, ਉਹਦਾ ਆਡਿਟ ਕਰਾਇਆ, ਕੁਛ ਨਹੀਂ ਨਿਕਲਿਆ। ਕਿਹੜੇ ਬੰਨੇ ਹੋ ਇਹਨਾਂ, ਕਿਹੜੀ ਗੱਲ ਨਹੀਂ ਮੇਰੀ ਵੇਖੀ। ਅਤੇ ਜਦੋਂ ਮੇਰੀ ਵਾਰੀ ਆਏਗੀ ਨਾ, ਸਾਹਮਣੇ ਦੱਸ ਦਿਆਂਗੇ ਸਭ ਕੁਛ। ਇਹਨਾਂ 100 ਪਰਚੀ ਬਣਾਈ ਮਕੇਰੀਆਂ ਮਿਲ ਤੋਂ ਪੈਸੇ ਸਿੱਧੇ ਕਰਨ ਲਈ, ਅਤੇ ਗੰਨੇ ਵਾਸਤੇ, ਅਤੇ ਪਰਚੀ 'ਤੇ ਬਣਾ ਲਈ। ਜ਼ਿਮੀਂਦਾਰ ਸਿਆਣੇ ਨੇ, ਇਹ ਵਾਈਟ ਪੈਸੇ ਕਰਦੇ ਸੀ ਪਰਚੀ ਦਿੰਦੇ, ਕਿਸੇ ਬੰਦੇ ਨੇ ਇਹਨਾਂ ਦੀ ਪਰਚੀ ਨਹੀਂ ਲਈ। ਅਰੇ ਤੁਹਾਡੇ ਖਾਤੇ 'ਚ ਚੱਲ ਗਏ ਪੈਸੇ ਲੈਣੇ ਕਿੱਥੋਂ ਨੇ, ਸਾਡੀ ਪਰਚੀ ਦਿਓ ਦੇਣੀ ਹੈ। ਅਤੇ ਜੇ ਵਾਈਟ ਕਰ ਵੀ ਲੈਣ ਅਤੇ ਵੇਖਣਾ ਨਹੀਂ ਫਿਰ ਕੱਲ੍ਹ ਨੂੰ ਮਹਿਕਮੇ ਨੇ ਸਰਕਾਰ ਨੇ ਵੀ ਤੁਹਾਡੀ ਜ਼ਮੀਨ ਕਿੱਥੇ ਆ, 100 ਪਰਚੀ ਗੰਨਾ ਆਇਆ ਕਿੱਥੋਂ ਆ। ਸੋ ਇਸ ਕਰਕੇ ਗੱਲਾਂ ਕਰਨੀਆਂ ਜਿਹੜੀਆਂ ਗੱਲ ਹੋ ਰਿਹਾ, ਅਤੇ ਅੱਜ ਮਤਲਬ ਹਰ ਪਾਸਿਓਂ ਪਾਸ ਹੋ ਕੇ ਨਿਕਲੇ ਹਾਂ। ਇਮਾਨਦਾਰੀ ਨਾਲ ਕੰਮ ਕੀਤਾ, ਗਾਂਹ ਵੀ ਕਰਾਂਗੇ। ਅੱਜ ਜਿੰਨੀਆਂ ਕਲੋਨੀਆਂ ਸ਼ਹਿਰ 'ਚ ਕੱਟੀਆਂ ਜਾਣ ਡੀਆਂ ਨੇ, ਸਾਰਿਆਂ ਕੋਲ ਪੈਸੇ ਲਏ ਪੁੱਡਾ ਕੋਲ ਇੰਪਰੂਵ ਕਰਾਉਣ ਲਈ, ਕੋਈ ਇਹਨਾਂ ਬਲੈਕਮੇਲ ਕਰਦੇ ਨੇ ਬਿਜ਼ਨਸਮੈਨਾਂ ਨੂੰ, ਕੋਈ ਇਹਨਾਂ ਨੇ ਕਲੋਨੀ ਜਿਹੜੀ ਆ ਪੁੱਡਾ ਇੰਪਰੂਵ ਨਹੀਂ ਹੋਣ ਦਿੱਤੀ, ਕਿਸੇ ਨੂੰ ਰਸਤਾ ਨਹੀਂ ਦਿੱਤਾ। ਅੱਜ ਜਾ ਕੇ ਵੇਖਿਓ, ਹਰ ਬੰਨੇ ਜੰਗਲਾਤ ਮਹਿਕਮੇ ਦੇ ਹੁਣ ਤਾਰਾਂ ਲਾਈ ਜਾਂਦੇ ਨੇ, ਅਤੇ ਕੋਈ ਰਾਹ ਨਹੀਂ ਮਿਲ ਰਿਹਾ। ਸ਼ਹਿਰ 'ਚ ਜਿੰਨੇ ਸ਼ਰਾਬ ਦੇ ਠੇਕੇ ਨੇ, ਜਿੰਨਾਂ ਚਿਰ ਮਹੀਨਾ ਨਹੀਂ ਭਰਦੇ ਠੇਕਾ ਨਹੀਂ ਚੱਲਣ ਦਿੰਦੇ। ਕਣਕ ਦੇ ਅਤੇ ਖਾਦ ਦੇ ਜਿਹੜੇ ਟੈਂਡਰ ਲੋਕ ਦਿੰਦੇ ਨੇ, ਉਹ ਚੱਲਣ ਨਹੀਂ ਦਿੰਦੇ। ਪਿੱਛੇ ਗੁਰਮੀਤ ਆਪ ਵੀ ਟਰੱਕ ਯੂਨੀਅਨ ਦਾ ਪ੍ਰਧਾਨ ਬਣ ਗਿਆ ਸੀ, ਕਹਿ ਰਹੇ MLA ਵੀ ਨਹੀਂ ਮੇਰਾ ਪਿਓ ਬਣਿਆ ਪ੍ਰਧਾਨ। ਕੋਈ ਬਿਜ਼ਨਸਮੈਨ ਕੰਮ ਨਹੀਂ ਉਹਦੀ ਮਰਜ਼ੀ ਤੋਂ ਬਗੈਰ ਕਰ ਸਕਦਾ, ਸਾਰੇ ਮੈਨੂੰ ਦੱਸਣ ਦੇ ਨੇ ਗੱਲਾਂ, ਸਾਰੇ ਲੋਕ ਅੱਜ ਨਾਲ ਨੇ। ਇਹ ਤੁਹਾਡੇ 'ਤੇ ਵੀ ਇਲਜ਼ਾਮ ਲੱਗਦਾ ਕਿ ਤੁਹਾਡੇ ਸਮੇਂ ਦੇ ਵਿੱਚ ਪਿਛਲੇ ਦਿਨੀ ਸਾਡੇ ਚੈਨਲ ਦੇ ਉੱਤੇ ਇੰਟਰਵਿਊ ਦੇ ਦੌਰਾਨ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਨੇ ਇਹ ਵੀ ਕਿਹਾ ਕਿ ਤੁਹਾਡੇ ਵੱਲੋਂ ਤੁਲੀ ਲੈਬੋਰਟਰੀ ਦੇ ਉੱਤੇ ਪਰਚਾ ਕਰਵਾਇਆ ਗਿਆ, ਤੁਹਾਡੇ ਕੋਲ ਵੱਲੋਂ ਬਾਵਾ ਮੈਡੀਕਲਸ ਦੇ ਉੱਤੇ ਜਿਹੜਾ ਉਹ ਪਰਚਾ ਕਰਵਾਇਆ ਗਿਆ, ਉਹ ਨਜਾਇਜ਼ ਪਰਚੇ ਸੀ ਉਹਦੇ ਇਸ ਦੇ ਵਿੱਚ ਕੀ ਜਵਾਬ ਦਓਗੇ? ਉਹਦੇ ਇਹ ਕਹਿੰਦਾ ਨਾ, ਉਹਦੇ ਬਾਵਾ ਦੱਸੇ ਜਾਂ ਤੁਲੀ ਦੇ ਜਵਾਬ ਇਹ ਗੱਲ ਦਾ ਵੀ ਕਿਹਨੇ ਕਰਾਇਆ। ਇਹ ਤਾਂ ਕਹਿੰਦਾ ਸਾਰਾ ਸ਼ਹਿਰ ਜਿਹੜਾ ਮੈਂ ਪਰਚੇ ਕਰਾਉਂਦਾ ਰਿਹਾ, ਪਰ ਲੋਕ ਦੱਸਣ ਨਾ, ਇਹਦੀ ਗੱਲ ਨਾਲ ਥੋੜ੍ਹੀ ਬਣਨੀ ਗੱਲ। ਇਹ ਕਿਸੇ ਲੋਕ ਕਹਿੰਦੇ ਤਾਂ ਲੋਕ ਮੰਨ ਜਾਣਗੇ, ਜੇ ਉਹ ਕਹਿੰਦੇ ਨੇ ਫਿਰ ਮੈਂ ਗੱਲ ਮੰਨਾਂਗਾ, ਫਿਰ ਮੈਂ ਦੱਸਾਂਗਾ ਵੀ ਕੀ ਗੱਲ ਹੈ। ਉਹ ਤਾਂ ਕਹਿੰਦੇ ਨਹੀਂ, ਇਹੋ ਰੌਲਾ ਪਾਉਂਦਾ। ਪੰਜਾਬ ਮਾਡਲ ਦੀ ਗੱਲ ਕਰੀਏ, ਤੁਸੀਂ ਰੀਪ੍ਰਜੈਂਟ ਕਰਦੇ ਹੋ ਏਡੀ ਵੱਡੀ ਪਾਰਟੀ ਨੂੰ, ਜ਼ਿਲ੍ਹੇ ਦੇ ਤੁਸੀਂ ਪ੍ਰਧਾਨ ਹੋ,
और पिछली सरकार के जिहड़े कुछ वादे किए गए वो पूरे नहीं होए तुहाडे वल्लों स्टेजां दे उत्ते दस्सिया भी जांदा है कि वो किद्दां जिहड़े वो कार्ड बनाए गए जां जिहड़े वो वादे नहीं सरकार पूरी कर पाई उस चीज़ नूं किद्दां लैंदे हो उस सबूतां दे आधार दे उत्ते गल करदे हो। देखो सबूत तो जिहड़े ने वो कैप्टन अमरिंदर सिंह दी सहुं दसदी आ भी झूठ बोलिया कि नहीं बोलिया। जदों सहुं खाण तों बाद भी उहनूं इतबार नहीं होया कैप्टन साहब नूं फिर उहनां लिख के आ लिफाफे वंडे इत्थे लिखा भी कैप्टन ने सहुं चुकी तो हर घर च नौकरी पक्की। हुण एडा स्टेटस वाला बंदा लिख के सहुं खाएगा तो नौजवान तो गुमराह होणगे। जिहड़ी गल इह करदे ने किसानां दे फार्म भरन दे आ वेखो 7,500 ना फार्म भरिया तो वर्करां दा धन्नवाद कीता किसानां दे कर्जे माफ़ी का। यह सारा परिवार बैठा गमीत की फोटो लगी है सारे लगी है। तो इस तरह ही आ वेखो सारे फार्म भरन दे सारा परिवार ये फार्म भर दे रहे हैं तो इदा करके वोटां पै गईयां बहुत। ये समझने कि अं बड़े सियाने लोगों सारा पता आ आइडेंटिटी कार्ड बनाते भी 2,500 बेरोजगारी पता देंगे नाल कैप्टन ने फोटो लाती अपनी ये बनते रहे। रमन बहर होनी भी कांग्रेस के कैंडिडेट आ देखो ये सारे किसानों के कर्जे माफ जी कोई देंदे रहे। रमन होनी भी टिकट दे चाह बनी उन्होंने भी 4,000-5,000 फार्म भरिया 7,500 का रिकॉर्ड बोलता लिफाफे जो नौकरियां ने वंडे सानू कांग्रेस ही देन दे 4,000-5,000 रुपया उन्होंने वंडिया 4,000-5,000 लिफाफा वंडिया तो रमन होना ही फार्म भर ले। नीज सहोत्रा कैंडिडेट ही ML का उन्हें थोड़े बहुत भर ले। अजय वर्मे ने भर ले सुशील महाजन भैन जी ने भर ले तृप्ता ठाकर ने भर ले जिन्हें कैंडिडेट कर टिकट मिल गई इनू वो सारा जो काम ही वो ये काम आ गया सारे जो एक के बहुत वड्डी लीड मिल गई तो वह मैंने लोग बड़ा चाहते हैं हम लग जू पता 20 फरवरी कि चाहते हैं एक के तथा के आधार पर अं गल कर रहे हैं कि 10 जन किसानों के कर्जे माफ कितने नौकरी घर कर रहा ये गल कर जिदा का 10 साल पहला इमानदारी इंसाफ दिता अमन शांति रखी है पंजाब तो अं अपने हल्के रखी जिहड़ियां स्कीमां असीं लै के आए बादल साहब लै के आए वो लोग जानते हैं भी साढ़े लीडर ना झूठी सहुं खाते ने ते ना वो झूठे फार्म भरते हैं। जे किसानां दे बंबियां दे माफ़ किए बिल लोग जानते हैं 200 यूनिट गरीब मजदूरों का माफ़ किया सस्ता अनाज कहा 4 रुपये किलो आटा तो 20 रुपये दाल दे के दसी सगल स्कीम अं चालू की पेंशन अं चालू की दूर पढ़न बच्चियों जाना पैंदा सैकल मुफ्त वंडे ट्रैक्टर का टैक्स माफ़ किया 700 तो वध मैं अपने हल्के नवें बिजली के कनैक्शन बंबियां ही दते लोग जानते हैं जी कमिटमेंट कर दी साड़ी पार्टी ने अं पूरा कर इन्हों को सारे वादे पूरे नहीं हो जाए दसे अगला प्रोग्राम जोड़ा सा असं ये किया भी जो नीले कार्ड धारनी लोग हर औरत जो नीले कार्ड सस्ता नाज लै रहे उन्होंने 2,000 रुपया महीने का बीबियों की रसोई चलाने खाते चाहेगा 800 यूनिट बिजली का माफ़ करा अगे 200 किया है। पर जिहड़ी गल कह रहे हैं प्रोग्राम बनाया मीटिंगां च जिहड़ा 800 यूनिट करना 2 महीने का अं सोलर लाइट के प्लांट लाने सरकारी थावां ते असीं ट्रायल किया 15-16 च चंडीगढ़ों लुधियाणे नूं आ वो नीलो नहर आ वो सारी नहर स्टील दीआं पिलरां छती आ थले लोहे दे पिलर कढे पानी चल रहा वो अं इंडस्ट्री नूं लाइट दित्ती धुप्प तों मुक्त बिजली पैदा हुंदी वो स्कीम अं पंजाब च लै के आउणी सी 17 दी सरकार बदल गई। सो जिहड़ियां अज स्कीमां अं कह रहे हां लोग इतबार करते हैं सस्ता डीजल देना किसानों जोड़े खेती करते हैं 10 रुपये डीजल देना सस्ता 10 लाख रुपये का असं क्रेडिट कार्ड बना वो मुफ्त जोड़ा इलाज कराया जाएगा 10 लाख बच्चों लोन देना जो पहले 3 पढ़ाई वास्ते जो पहले 3 साल वो कोई ब्याज नहीं लगेगा 10 साल चो वापस कर देंगे सरकार भी गरंटी देगी ना कि मकान प्लाजो होएगा तो ना कि पैली प्लाजो होएगी। इदा दकीम छोटे दुकानदारों वास्ते 10 लाख की उन्हें इंश्योरेंस करा उन्होंने जोड़ा टैक्स का सिस्टम है उन्होंने सुखाला करा तो वो भी जोड़ा पहला नालों उन्होंने कोई कम चला छोटे दुकानदारों किसी होर सोसायटिया 10 लाख का लोन देंगे ये सारे जोड़े अगले साढ़े प्रोग्राम ने लोग इतबार करते हैं जोड़े काम कहें करते हैं।
कांग्रेस ने जिहड़े काम कहे वो नहीं किए। बीजेपी ने लोगों से गल मंगी होगी कि बड़ा घातक कानून बनाया किसानों मारने वास्ते, काले कानून होए, किसानों ने दबाव बनाया, बहुत लंबा समा संघर्ष किया, कानून वापस लेना पिया। तो साढ़े लीडर ने भैन जी हरसिमरत कौर बादल ने अस्तीफा भी दिता, अपना इन्ने चिर का लम्मा सांझ भी उन्होंने तोड़ी। सो इस करके लोग समझते ने भी पार्टियां की कर दिया ने, साढ़े रिजल्ट वधिया होने। लोगों को कोई अपील करनी चाहोगे कोरीडोर के जरिए? देखो बेनती यही है लोगों को, श्रोमणी अकाली दल जी पार्टी है ये पंजाबियों की पार्टी है, ये पंजाब हमेशा पंजाब रहने वाले लोगों चंगियां पालसियां लैके आउंदी आ, जिथों लोगों को रियायत मिलदियां ने। जिहड़ियां दूजियां पार्टियां ने वो हिंदुस्तान लैवल दियां पार्टियां ने, उन्हां नैशनल लैवल की गल कर रही, जे कोई पंजाब नूं स्पैशल पैकेज दिंदे ने ते दूजियां स्टेटां च रौला पैंदा। केजरीवाल सारे सूबे चोणां लड़ रहा, जिथे हुण चोणां हो रही ने, बीजेपी नैशनल लैवल की है, कांग्रेस नैशनल लैवल की है, अकाली दल जी पार्टी आ ये पंजाब की पार्टी है, इन्हें पंजाब बारे सोचना, अं दूजिया स्टेटा जवाब दे नहीं। पहला भी जी गल करते रहे अज भी असी पंजाब के हित की गल कर, और इस वे सा तिना सरकार का जोर आ भी अकाली दल में कमजोर करो। सेंटर च बीजेपी की सरकार आ, कांग्रेस सरकार पंजाब केजरीवाल की सरकार दिल्ली आ, पर फिर भी साढ़े श्रोमणी अकाली दल के बहुजन समाज पार्टी के वर्कर तगड़े ने, दिन ब दिन साडा दोवां पार्टियां दा ग्राफ उपर आ रहा, और लोग जान यकीन ना कहिंदे ने कि अहीं मुख्यमंत्री सरदार सुखबीर सिंह बादल नूं बणाउणा, तां सरकार जिहड़ी आ उह बहुजन समाज पार्टी दी ते अकाली दल दी बणाउणी आ। ते इहो मेरी अपील आ कि इह बणाओ, असीं तुहाडी फिर सेवा जिहड़ी आ इह 22 तों लै के बहुत लंबा समां तुहाडी सेवा दे विच हाजर रहांगे। ਤਾਂ ਇਹ ਸਨ ਸਰਦਾਰ ਗੁਰਬਚਨ ਸਿੰਘ ਬੱਬੇ ਹਾਲੀ, ਜਿਹੜੇ ਆ ਅਕਾਲੀ ਦਲ ਔਰ ਬਸਪਾ ਦੇ ਸਾਂਝੇ ਉਮੀਦਵਾਰ ਨੇ ਗੁਰਦਾਸਪੁਰ ਤੋਂ। ਬੜੇ ਉਤਾਵਲੇ ਸਨ ਤੁਹਾਡੇ ਜਵਾਬ ਦੇਣ ਵਾਸਤੇ, ਬੜੇ ਪਿਛਲੇ ਦਿਨਾਂ ਤੋਂ ਕੋਈ ਟੈਕਨੀਕਲ ਪ੍ਰੋਬਲਮ ਆਉਣ ਕਰਕੇ ਅਸੀਂ ਤੁਹਾਨੂੰ ਇਹਨਾਂ ਦੇ ਸਾਹਮਣੇ ਰੂਬਰੂ ਨਹੀਂ ਕਰਵਾ ਪਾਏ, ਉਹਦੇ ਲਈ ਮੁਆਫ਼ੀ ਚਾਹੁੰਦੇ ਹਾਂ। ਜੇਕਰ ਤੁਹਾਡੇ ਫਿਰ ਵੀ ਕੋਈ ਸਵਾਲ ਨੇ ਤੁਹਾਡੇ ਜ਼ਿਹਨ ਦੇ ਵਿੱਚ ਤਾਂ ਤੁਸੀਂ ਕਮੈਂਟ ਦੇ ਜ਼ਰੀਏ ਸਾਨੂੰ ਪੁੱਛੋ। ਆਉਣ ਵਾਲੇ ਦਿਨਾਂ ਦੇ ਵਿੱਚ ਵਾਅਦਾ ਕਰਦੇ ਹਾਂ ਕਿ ਸਰਦਾਰ ਗੁਰਬਚਨ ਸਿੰਘ ਬੱਬੇ ਹਾਲੀ ਕੋਲੋਂ ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਲੈ ਕੇ ਦੇਵਾਂਗੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੇ ਜਵਾਬ ਤੁਹਾਡੀ ਸਥਿਤੀ ਦੇ ਅਨੁਕੂਲ ਨੇ ਤਾਂ ਤੁਸੀਂ ਉਹਨਾਂ ਨੂੰ ਵੋਟਾਂ ਦੇ ਵਿੱਚ ਕਨਵਰਟ ਕਰ ਸਕਦੇ ਹੋ। ਆਪਣੇ ਸਹਿਯੋਗੀ ਦਿਨੇਸ਼ ਦੇ ਨਾਲ ਗੁਰਪ੍ਰੀਤ ਸਿੰਘ ਡਾਲਾ, ਕੋਰੀਡੋਰ ਨਿਊਜ਼, ਗੁਰਦਾਸਪੁਰ।